ਸਿਆਸੀ ਡੇਰਾ ਤੇ ਹੋਸ਼ਮਦੇਦ ਤੇ तमाम ਦੋਸਤਾਂ ਨੂੰ ਸਾਡੇ ਵੱਲੋਂ ਬੜਾ ਬੜਾ ਸਲਾਮ ਜੈਸਾ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਦੀ ਇਹ ਤਬਦੀਲੀ ਸਰਕਾਰ ਜਿਹੜੀ ਹੈ ਇਹ ਪਾਕਿਸਤਾਨ ਤੇ ਮੁਸੱਲਤ ਕੀਤੀ ਗਈ ਹੈ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ तकरीबन 28 ਵਾਰ ਬਿਜਲੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵਧਾਈਆਂ ਗਈਆਂ ਪਾਕਿਸਤਾਨੀਓ ਜਰਾ ਅੰਦਾਜ਼ਾ ਕਰੋ ਇਹ ਉਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਏਆਰ ਵਾਇਸ ਤੇ ਨਹੀਂ ਮਿਲਣਗੀਆਂ ਪਾਕਿਸਤਾਨ ਦੇ ਵਿੱਚ ਜਦੋਂ ਦਾ ਇਹ ਟੋਲਾ ਮੁਸਲਤ ਕੀਤਾ ਗਿਆ ਹੈ ਪਾਕਿਸਤਾਨੀ ਆਵਾਮ ਤੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਤਕਰੀਬਨ 28 ਦਫਾ 28 ਦਫਾ ਜਿਹੜਾ ਨਾ ਬਿਜਲੀ ਦੀ ਕੀਮਤ ਵਧਾਈ ਗਈ ਹੈ ਔਰ ਇਸ ਟਾਈਮ ਜਿਹੜੇ ਪਾਕਿਸਤਾਨੀ ਨੇ ਉਹ ਜਿਹੜੇ ਗਰੀਬ ਪਾਕਿਸਤਾਨੀ ਨੇ ਉਹਨਾਂ ਨੂੰ ਇੱਕ ਯੂਨਿਟ ਜਿਹੜਾ ਨਾ ਬਿਜਲੀ ਦਾ ਉਹ 29 ਰੁਪਏ ਫੀ ਯੂਨਿਟ ਜਿਹੜੀ ਉਹ ਬਿਜਲੀ ਦਾ ਐਲਾਨ ਕੀਤਾ ਗਿਆ ਹੈ ਇਹ ਉਹ ਬਿਜਲੀ ਏ ਜਿਹੜੀ ਨਵਾਜ਼ ਸ਼ਰੀਫ ਦੇ ਦੌਰ ਵਿੱਚ 7 ਰੁਪਏ فی ਯੂਨਿਟ ਸੀ ਔਰ ਇਹ ਜਿਹੜਾ ਬਣੀ ਗਾਲਾ ਦਾ ਕੋਠਾ ਗਰੁੱਪ ਏ ਜਿਹੜਾ ਬਣੀ ਗਾਲਾ ਦਾ ਜ਼ਲੀਲ ਗਰੁੱਪ ਏ ਇੱਕ ਕੰਟੇਨਰਾਂ ਤੇ ਚੜ ਕੇ ਤੇ ਮੀਆਂ ਨਵਾਜ਼ ਸ਼ਰੀਫ ਨੂੰ ਗਲਮ ਗਲੋਚ ਕਰਦੇ ਸੀ ਔਰ ਮੁਜ਼ਾਰੇ ਕਰਦੇ ਸੀ ਕਿ ਇੰਨੀ ਮਹਿੰਗੀ ਬਿਜਲੀ ਜਦੋਂ ਮੈਂ ਆਵਾਂ ਤਾਂ ਮੈਂ ਤੇ ਬਿਜਲੀ ਜਿਹੜੀ 1 ਰੁਪਿਆ ਯੂਨਿਟ ਦੇ ਅੰਕ ਆਵਾਂ ਨੂੰ ਮੈਂ ਤੇ ਇੰਨੇ ਡੈਮ ਬਣਾ ਕੇ ਦੇਾਂਗਾ ਮੈਂ ਤੇ ਇਹ ਕਰਾਂਗਾ ਮੈਂ ਤੇ ਉਹ ਕਰਾਂਗਾ ਪੇ ਪਾਕਿਸਤਾਨੀਓ ਅੱਜ ਬਿਜਲੀ 29 ਰੁਪਏ ਫੀ ਯੂਨਿਟ ਇਸ ਕੋਠੇ ਵਾਲੇ ਟੋਲੇ ਨੇ ਕਰ ਦਿੱਤੀ ਤੁਹਾਡੇ ਤੇ ਯਾਨੀ ਕਿ ਜਿਹਦਾ ਬਿਜਲੀ ਦਾ ਬਿੱਲ 1000 ਰੁਪਏ ਆਂਦਾ ਉਹਦਾ ਹੁਣ 7000 ਰੁਪਏ ਆਏਗਾ ਤੇ ਇਹ ਉਹ ਬੰਦਾ ਉਹ ਝੂਠਾ ਔਰ ਜ਼ਲੀਲ ਆਦਮੀ ਹੈ ਜਿਹੜਾ ਕੰਟੇਨਰਾਂ ਦੇ ਖਲੋ ਕੇ ਬਕਵਾਸ ਯਾਦ ਕਰਦਾ ਸੀ ਪਾਕਿਸਤਾਨੀ ਆਵਾਮ ਦੇ ਨਾਲ ਝੂਠ ਬੋਲਦਾ ਸੀ ਪਾਕਿਸਤਾਨੀ ਆਵਾਮ ਨੂੰ ਝੂਠੇ ਖਾਬ ਸੁਣਾਉਂਦਾ ਸੀ ਪਾਕਿਸਤਾਨੀ ਆਵਾਮ ਨੂੰ ਜ਼ਲੀਲ ਔਰ ਰਸਵਾ ਸਮਝ ਕੇ ਉਹਨਾਂ ਦੀ ਜਿਹੜੀ ਇੱਕ ਮੁਹੱਬਤ ਵਤਨੀ ਹੈ ਉਹਨੂੰ ਝੂਠ ਬੋਲ ਕੇ ਤੇ ਇਸਤੇਮਾਲ ਕਰਦਾ ਸੀ ਔਰ ਆਪਣੇ ਮਹਾਲਫੀਨ ਨੂੰ ਲਾਂਤਾਨ ਕਰਦਾ ਸੀ ਔਰ ਅੱਜ ਇਸ ਬੰਦੇ ਨੇ ਜਿਹੜਾ ਇਹ ਬਿਜਲੀ ਦਾ ਬੰਮ ਤੁਹਾਡੇ ਤੇ ਪਿਛਲੇ 28 ਮਹੀਨੇ ਤੋਂ ਗਰਾਇਆ ਕਿ ਇੱਕ ਯੂਨਿਟ ਜਿਹੜਾ ਉਹ 29 ਰੁਪਏ ਦਾ ਗਰੀਬ ਆਦਮੀ ਜਿਹੜਾ ਉਹ ਕਿੱਥੇ ਜਾਏ ਜਿਹੜਾ ਬੰਦਾ 10-15000 ਰੁਪਏ ਕਮਾਉਂਦਾ ਉਹ ਜਾਏ ਤੇ ਜਾ ਕਿੱਥੇ ਉਹ ਬਿੱਲ ਕਿੱਥੋਂ ਦੇਵੇਗਾ ਅਗਰ ਉਹ ਇੱਕ ਬਲਬ ਵੀ ਚਲਾਏਗਾ ਤੇ 5-6000 ਰੁਪਏ ਉਹਦਾ ਬਿੱਲ ਆਏਗਾ ਤੇ ਲਿਆਦਾ ਪਾਕਿਸਤਾਨੀਓ ਇਸ ਗੰਦੀ ਇਸ ਗਲੀਜ਼ ਇਸ ਨਾਜਾਇਜ਼ ਹਕੂਮਤ ਔਰ ਇਸ ਨਾਜਾਇਜ਼ ਟੋਲੇ ਔਰ ਇਸ ਨਾਜਾਇਜ਼ ਬਨੀਗਾਲਾ ਗਰੁੱਪ ਤੋਂ ਆਪਣੀ ਜਾਨ ਛੁਡਾਣ ਵਾਸਤੇ ਆਇਨੀ ਤਰੀਕੇ ਦੇ ਨਾਲ ਇਨਾਂ ਦੇ ਖਿਲਾਫ ਖੜੇ ਹੋ ਜਾਓ ਕਿਉਂਕਿ ਜਿੰਨੀ ਜ਼ਿਆਦਾ ਦੇਰ ਤੱਕ ਇਹ ਤੁਹਾਡੇ ਤੇ ਮਸਲਤ ਰਹਿਣਗੇ ਇਹ ਤੁਹਾਡੇ ਤੇ ਅਜ਼ਾਬ ਜਿਹੜਾ ਇਹ ਗਰਾਂਦੇ ਰਹਿਣਗੇ ਔਰ ਇਸ ਤਰ੍ਹਾਂ ਦੇ ਮਹਿੰਗਾਈ ਦੇ ਜਿਹੜੇ ਬੰਮ ਨੇ ਉਹ ਤੁਹਾਡੇ ਤੇ ਇਹ ਸੱਠਦੇ ਰਹਿਣਗੇ ਕਿਉਂਕਿ ਆਵਾਮ ਦੀ ਤਾਕਤ ਨਾਲ ਨਹੀਂ ਆਏ ਇਹਨਾਂ ਦਾ ਆਵਾਮ ਨਾਲ ਕੋਈ ਤਲਕ ਵਾਸਤਾ ਨਹੀਂ ਇਹ ਕਿਸੇ ਹੋਰ ਦੇ ਕਹਿਣ ਤੇ ਆਏ ਨੇ ਔਰ ਕਿਸੇ ਹੋਰ এজেন্ডੇ ਤੇ ਆਏ ਨੇ ਇਹਨਾਂ ਦਾ ਪਾਕਿਸਤਾਨੀ ਆਵਾਮ ਨਾਲ ਕੋਈ ਤਲਕ ਨਹੀਂ ਨਾ ਹੀ ਪਾਕਿਸਤਾਨੀ ਆਵਾਮ ਨੇ ਇਹਨਾਂ ਨੂੰ ਵੋਟ ਦਿੱਤਾ ਸੀ ਤੇ ਪਾਕਿਸਤਾਨੀਓ ਜਿਨ੍ਹਾਂ ਲੋਕਾਂ ਵੀ ਇਹਨਾਂ ਨੂੰ ਵੋਟ ਦਿੱਤੇ ਨੇ ਉਹ ਹੁਣ ਲਵੋ ਮਜ਼ਾ ਤਬਦੀਲੀ ਦਾ ਔਰ ਜਿਹੜੇ ਲੋਕੀ ਇਹਨਾਂ ਤੋਂ ਜਾਨ ਛੁਡਵਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਦਾ ਮਸਤਕਬਲ ਜਿਹੜਾ ਉਹ ਹਮਵਾਰ ਕਰਨਾ ਚਾਹੁੰਦੇ ਨੇ ਰੋਸ਼ਨ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੇ ਖਿਲਾਫ ਉੱਠ ਖੜਿਆ ਹੋ ਔਰ ਇਹਨਾਂ ਨੂੰ ਇਹਨਾਂ ਕੁਰਸੀਆਂ ਤੋਂ ਨਿਕਾਲ ਬਾਹਰ ਕਰੋ ਇਸ ਤੋਂ ਇਲਾਵਾ ਪਾਕਿਸਤਾਨੀਓ ਕੋਈ ਹੱਲ ਨਹੀਂ ਕਿ ਇਹਨਾਂ ਤੋਂ ਤੁਸੀਂ ਜਾਨ ਛੁਡਾਓਗੇ ਤੇ ਤੁਸੀਂ ਅੱਗੇ ਵਧੋਗੇ ਵਰਨਾ ਤੁਹਾਡੇ ਬੱਚਿਆਂ ਦਾ ਮਸਤਕਬਲ ਜਿਹੜਾ ਉਹ ਬਿਲਕੁਲ ਤਬਾਹ ਬਰਬਾਦ ਇਹਨਾਂ ਨੇ ਕਰ ਦਿੱਤਾ ਪਾਕਿਸਤਾਨ ਜ਼ਿੰਦਾਬਾਦ